ਔਰ ਕਬੀਰ ਅੱਲਾਹੁ ਰਹਿਮਾਨੁ ਰਹੀਮ ਅਗਰ ਕਿਸੇ ਨੂੰ ਨੌਕਰੀ ਤੋਂ ਕੱਢਤਾ ਜਾਏ ਔਰ ਨੌਕਰੀ ਬਹਾਲ ਨਾ ਹੁੰਦੀ ਹੋਵੇ ਜਾਂ ਕੋ ਹਾਜਤ ਹੈ ਜਿਹੜੀ ਪੂਰੀ ਨਾ ਹੁੰਦੀ ਹੋਵੇ ਔਰ ਗਰੀਬੀ ਆਸਤੇ ਰਿਜ਼ਕ ਦੀ ਬਰਕਤ ਆਸਤੇ ਕੁਰਾਨ ਪਾਕ ਹਿਫਜ਼ ਕਰਨ ਵਾਸਤੇ ਇਨਸਾਨ ਨੂੰ ਚਾਹੀਦਾ ਰੋਜ਼ਾਨਾ 40 ਦਿਨ ਤੱਕ ਸੂਰਾ ਯੂਸਫ ਜਿਹੜੀ ਪੜ੍ਹੇ तो पढ़ के अपने सीनियर दम करता रहे इन शाह अगर मुलाजमत तो फारग किता मुलाजमत तो बहाल हो जाएगी अल्लाह सुना जायद हाइत तो पूरी रिस्क बरकत देने और कुरान पाक हिफ़्ज करना आसान हो जाएगा अल्लाह अकबर कबीरा